ਕੰਮ ਤਾਂ ਚਲੋ ਚੱਲ ਹੀ ਜਾਂਦਾ ਜੀ, ਠੀਕ ਆ, ਕੰਮ ਤਾਂ ਰੋਜ਼ ਕਰਦੇ ਨੇ, ਠੀਕ ਹੈ ਨਹੀਂ, ਬਾਕੀ ਤਾਂ ਹੁਣ ਇਹਨਾਂ ਨੂੰ ਪਤਾ ਵੀ ਇਹ, ਪਰ ਇਹ ਹੈ ਵੀ ਜਿਹੜੀ ਫਰਵਰੀ ਮਾਰਚ ਵਿੱਚ ਇਹ ਉਮੀਦ ਹੈ ਵੀ ਇਹ ਕੰਪਲੀਟ ਹੋਣੀ ਨਹੀਂ। ਮੰਗ ਤਾਂ ਸਾਡੀ ਇਹ, ਸਾਡੇ ਤਾਂ ਇੱਕ ਤਾਂ 6 ਇੰਚ ਇਹ ਜਿਹੜੀ ਸੜਕ ਹੈ ਨੀਵੀਂ ਹੋ ਜਾਵੇ, ਠੀਕ ਹੈ ਜੀ, ਆਹ ਸੜਕ ਠੀਕ ਹੈ ਜੀ, ਅਤੇ ਇਹ ਬਾਕੀ ਠੀਕ ਆ, ਬਾਕੀ ਤਾਂ ਸਭ ਚੱਲੀ ਜਾਂਦਾ ਕੰਮ। ਅਸੀਂ ਚਾਹੁੰਦੇ ਹਾਂ ਵੀ ਇਹ ਜਿੰਨਾ ਛੇਤੀ ਹੋ ਸਕੇ ਸੜਕ ਬਣ ਕੇ ਤਿਆਰ ਹੋਵੇ, ਤਾਂ ਕਿ ਸਾਡੇ ਦੂਰ ਤੱਕ ਦੇ ਪਿੰਡਾਂ ਨੂੰ ਸ਼ਹਿਰ ਨਾਭੇ ਦੇ ਨਾਲ ਜੋੜਦੀ ਹੈ, ਵੀ ਛੇਤੀ ਤਿਆਰ ਹੋਣੀ ਚਾਹੀਦੀ ਹੈ, ਤਾਂ ਕਿ ਸਾਡੀ ਇਲਾਕੇ ਦੇ ਸਾਰੇ ਬੰਦਿਆਂ ਨੂੰ ਇਹਦਾ ਸੁੱਖ ਹੋਵੇ। ਕਾਨੂੰਨ ਇਹ ਸੀ, ਇੱਥੇ ਇੱਕ ਤਾਂ ਸੜਕ ਉੱਚੀ ਬਣਾ ਰਹੇ ਸੀ ਇਹ ਮਹਿਕਮੇ ਵਾਲੇ, ਲੋਕਾਂ ਨੇ ਕਲੋਨੀ ਵਾਲਿਆਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਇਹਨਾਂ ਨੂੰ ਕਿਹਾ ਵੀ ਸਾਡੇ ਤਾਂ ਘਰਾਂ 'ਚ ਪਾਣੀ ਆਇਆ ਕਰੇਗਾ, ਨੀਵੀਂ ਕਰੋ। ਕੁਛ ਇਹਨਾਂ ਨੇ ਨੀਵੀਂ ਕਰਤੀ, ਕਈ ਜਗ੍ਹਾ ਉੱਚੀ ਹੈ, ਉੱਥੇ ਵੀ ਕਲੋਨੀ ਵਾਲਿਆਂ ਦੀ ਡਿਮਾਂਡ ਹੈ ਕਿ ਇਹਨੂੰ ਨੀਵਾਂ ਕਰਿਆ ਜਾਵੇ, ਕਿਉਂਕਿ ਨੀਵੇਂ ਕਰਨ ਨਾਲ ਸਰ ਸਕਦਾ। ਜੇ ਉੱਚੀ ਕਰਤੀ ਸੜਕ ਤਾਂ ਗਰੀਬਾਂ ਦੇ ਘਰਾਂ 'ਚ ਪਾਣੀ ਆਏਗਾ। ਨਿਰੀਖਣ ਮੈਂ ਕਰ ਰਿਹਾ, ਹਾਂ ਕਮੀਆਂ ਹੈਗੀਆਂ ਨੇ। ਇੱਕ ਤਾਂ ਡਿਲੇ ਚੱਲ ਰਿਹਾ ਕੰਮ, ਬੜੀ ਤੋਂ ਲਮਕ ਰਿਹਾ ਕੰਮ, ਕੱਲ੍ਹ ਨੂੰ ਮੀਂਹ ਹੋਰ ਪੈ ਗਿਆ, ਹੋਰ 2 ਮਹੀਨੇ ਲੇਟ ਹੋ ਜੂਗਾ। ਆਹ ਦਰਖਤ ਜਿਹੜੇ ਲੱਗੇ ਹੋਏ ਨੇ, ਦਰਖਤ ਦੀ ਅਜੇ ਤੱਕ ਇਹਨਾਂ ਕੋਲ ਚਾਰ ਦੀਵਾਰੀ ਕਰਨੀ ਆ, ਇੱਧਰ ਆ ਨਾਲਾ ਪੱਟਣਾ ਹੈ, ਦਰਖਤਾਂ ਦੀ ਪੱਟਣ ਦੀ ਮਨਜ਼ੂਰੀ ਨਹੀਂ ਲਈ। ਜਦੋਂ ਇਹਨਾਂ ਦੇ ਡਿਪਾਰਟਮੈਂਟ ਨਾਲ ਗੱਲ ਹੋਈ ਹੈ, ਕਹਿੰਦੇ ਜੇ ਮਨਜ਼ੂਰੀ ਲਵਾਂਗੇ। ਇਹਨਾਂ ਨੂੰ ਮੈਂ ਪੁੱਛਿਆ ਵੀ ਪਹਿਲਾਂ ਕਿਉਂ ਨਹੀਂ ਲਈ, ਹੁਣ ਕਿਉਂ ਲਾਉਂਗੇ? ਕਹਿਣ ਦਾ ਭਾਵ ਆਨੇ ਬਹਾਨੇ ਕੰਮ ਨੂੰ ਲੇਟ ਹੋ ਰਿਹਾ ਹੈ। ਮਾਰਚ ਤੱਕ ਤਕਰੀਬਨ ਕੰਪਲੀਟ ਹੋ ਜਾਏਗਾ। ਇਹਦਾ ਬਹੁਤ ਚੰਗੀ ਪੱਧਰ 'ਤੇ ਚੱਲ ਰਿਹਾ, ਠੇਕੇਦਾਰ ਨੂੰ ਪੂਰੀ ਹਦਾਇਤ ਕੀਤੀ ਹੋਈ ਹੈ ਵੀ 31 ਮਾਰਚ ਤੱਕ ਇਹ ਕੰਪਲੀਟ ਕੀਤਾ ਜਾਵੇ। ਜਿਸ ਤਰ੍ਹਾਂ ਦੇਖਿਆ ਗਿਆ ਜੀ, ਦਰਖਤਾਂ ਵਿੱਚ ਆ ਰਹੇ ਨੇ ਇਹਨਾਂ ਦਾ? ਦਰਖਤ ਤਾਂ ਛੇਤੀ ਕੱਟੇ ਜਾਣਗੇ, ਕਿਉਂਕਿ ਇਹਨਾਂ ਦੀ ਮਨਜ਼ੂਰੀ ਆ ਗਈ ਆ, ਇਹਦੇ ਪੈਸੇ ਜਮ੍ਹਾਂ ਵੀ ਹੋ ਗਏ ਨੇ, ਅਤੇ ਹੁਣ ਛੇਤੀ ਇਹਦੇ ਦਰਖਤ ਕੱਟ ਲੈਣਗੇ ਉਹ। 31 ਮਾਰਚ ਤੱਕ ਤਕਰੀਬਨ ਆਸ ਹੈ ਸਾਨੂੰ ਵੀ ਅਸੀਂ ਕੰਪਲੀਟ ਕਰ ਦਾਂਗੇ।